ਸਾਂਝਾ ਮੋਰਚਾ ਯੂਨੀਅਨ ਵੱਲੋਂ ਦਿੱਤੇ ਗਏ ਸੱਦੇ ਤੇ ਅੱਜ ਤਰਨਤਾਰਨ ਜ਼ਿਲ੍ਹਾ ਅੰਦਰ ਮਾਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਾਲੇ ਬਿੱਲੇ ਲਾ ਕੇ ਆਪੋ ਆਪਣੇ ਦਫ਼ਤਰਾਂ 'ਚ ਕੰਮ ਬੰਦ ਰੱਖਿਆ ਗਿਆ। ਸਾਂਝਾ ਮੋਰਚਾ ਯੂਨੀਅਨ ਵੱਲੋਂ ਪੰਜਾਬ ਅੰਦਰ ਸੋਮਵਾਰ ਅਤੇ ਮੰਗਲਵਾਰ 2 ਦਿਨ ਸਰਕਾਰੀ ਦਫ਼ਤਰਾਂ ਵਿੱਚ ਕੰਮ ਬੰਦ ਕਰਕੇ ਵਿੱਤ ਮੰਤਰੀ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਅੱਜ ਮਾਲ ਵਿਭਾਗ, ਪਟਵਾਰੀ ਯੂਨੀਅਨ ਦੇ ਪ੍ਰਧਾਨ ਸੁਖਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੰਪਲੈਕਸ ਦੇ ਅੱਗੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸੁਖਪ੍ਰੀਤ ਸਿੰਘ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਡੀਆਂ ਹੱਕੀ ਮੰਗਾਂ ਪ੍ਰਵਾਨ ਨਹੀਂ ਕਰ ਰਹੀ ਅਤੇ ਪਿਛਲੇ ਲੰਬੇ ਸਮੇਂ ਤੋਂ ਮਾਲ ਵਿਭਾਗ ਦੇ ਵੱਖ ਵੱਖ ਵਿਭਾਗ ਨੇ ਨਵੀਂ ਭਰਤੀ ਨਾ ਕਰਨ ਤੇ ਇੱਕ ਇੱਕ ਪਟਵਾਰੀ ਕੋਲ ਪੰਜ ਪੰਜ ਪਿੰਡ ਹਨ, ਜੋ ਲੋਕਾਂ ਦਾ ਕੰਮ ਸਹੀ ਸਮੇਂ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਸੋਮਵਾਰ ਅਤੇ ਮੰਗਲਵਾਰ ਆਪੋ ਆਪਣੇ ਦਫ਼ਤਰਾਂ 'ਚ ਕੰਮ ਬੰਦ ਕਰਕੇ ਵਿੱਤ ਮੰਤਰੀ ਦੇ ਖਿਲਾਫ਼ ਨਾਅਰੇਬਾਜ਼ੀ ਕਰਾਂਗੇ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ 28 ਮਈ ਨੂੰ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਸਰਕਾਰ ਖਿਲਾਫ਼ ਪੁਤਲੇ ਵੀ ਸਾੜਾਂਗੇ। ਜੇ ਅਸੀਂ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਤੇ ਸਮੁੱਚੇ ਪੰਜਾਬ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੇ ਜਥੇਬੰਦੀ ਦੀਆਂ, ਸਾਰੀਆਂ ਜਥੇਬੰਦੀਆਂ ਦੀਆਂ ਸਾਂਝੀਆਂ ਮੰਗਾਂ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਨਵੀਂ ਭਰਤੀ ਕਰਨੀ, DA ਦੀਆਂ ਕਿਸ਼ਤਾਂ ਰਿਲੀਜ਼ ਕਰਨੀਆਂ, ਇਹ ਆਦਿ ਸਾਰੀਆਂ ਜਿਹੜੀਆਂ ਵਿੱਤੀ ਮੰਗਾਂ ਨੇ ਇਹਨਾਂ ਨੂੰ ਲਾਗੂ ਕਰਾਉਣ ਵਾਸਤੇ ਅੱਜ ਅਸੀਂ ਜਿਹੜਾ ਵਾ ਰੋਸ ਵਜੋਂ ਸਾਡੇ ਜਿਹੜੇ ਸਾਰੇ ਪੰਜਾਬ ਦੇ ਕਲੈਰੀਕਲ ਕਾਮੇ ਨੇ ਉਹਨਾਂ ਨੇ 24 ਤੇ 25 ਤਰੀਕ ਦੀ ਜਿਹੜੀ ਰੋਸ ਛੁੱਟੀ ਦੇ ਨੇ ਅਤੇ ਜਿਹੜੇ ਪਟਵਾਰ ਯੂਨੀਅਨ ਵੱਲੋਂ ਪਟਵਾਰੀ ਅਤੇ ਕਾਨੂੰਗੋ ਸਾਹਿਬਾਨ ਨੇ ਉਹ ਆਪਣੇ ਦਫ਼ਤਰਾਂ ਦੇ ਵਿੱਚ ਕਾਲੇ ਬਿੱਲੇ ਲਾ ਕੇ ਕਲੈਰੀਕਲ ਸਟਾਫ ਦੇ ਨਾਲ ਸਾਂਝਾ ਮੁਲਾਜ਼ਮ ਮੰਚ ਦੀ ਜਿਹੜੀ ਉਹ ਹਮਾਇਤ ਕਰ ਰਹੇ ਹਨ। ਜੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਹੁੰਦੇ ਦਿਨਾਂ 'ਚ, ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ 28 ਤਰੀਕ ਨੂੰ ਜਿਹੜਾ ਵਾ ਉਹ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਪੰਜਾਬ ਦੇ ਪੁਤਲੇ ਸਾੜਨੇ, ਪਹਿਲਾਂ ਤਾਂ ਤਹਿਸੀਲ ਹੈੱਡਕੁਆਟਰਾਂ 'ਤੇ, ਉਸ ਤੋਂ ਅਗਲਾ ਜਿਹੜਾ ਵਾ ਮੁਕੰਮਲ ਤੌਰ 'ਤੇ ਸਾਰਾ ਪੰਜਾਬ ਜਿਹੜਾ ਉਹ ਬੰਦ ਕਰ ਦਿੱਤਾ ਜਾਏਗਾ, ਕੋਈ ਵੀ ਕੰਮ ਜਿਹੜਾ ਸਰਕਾਰ ਦਾ ਨਹੀਂ ਕੀਤਾ ਜਾਏਗਾ। ਕਿਉਂਕਿ ਅੱਜ ਅਸੀਂ ਮੁਲਾਜ਼ਮ ਜਿਹੜਾ ਵਾ ਕੋਵਿਡ ਦੇ ਕਾਰਨ ਕੋਵਿਡ ਦਾ ਕੰਮ ਜਿਹੜਾ ਪਹਿਲ ਦੇ ਆਧਾਰ 'ਤੇ ਕਰ ਰਿਹਾ ਅਤੇ ਵਿਸ਼ਵਾਸ ਵੀ ਅਸੀਂ ਸਰਕਾਰ ਨੂੰ ਦਵਾਇਆ ਵੀ ਬਾਕੀ ਕੰਮ ਜਿਹੜਾ ਸਰਕਾਰ ਦਾ ਬੰਦ ਕੀਤਾ ਜਾਊਗਾ, ਪਰ ਕੋਵਿਡ ਦਾ ਕੰਮ ਜਿਹੜਾ ਉਹ ਨਿਰੰਤਰ ਜਾਰੀ ਰਹੇਗਾ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਹੋ ਸਕਦਾ ਸਾਨੂੰ ਕੋਵਿਡ ਦਾ ਕੰਮ ਵੀ ਜਿਹੜਾ ਪ੍ਰਭਾਵਿਤ ਕਰਨਾ ਪਵੇ। ਤਰਨਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ 9 ਲਈ।